ਤਸਵੀਰਾਂ ਬੋਲਦੀਆਂ ਨੇ। ਉਸ ਨੂੰ ਕੈਨਵਸ ਤੇ ਜ਼ਿੰਦਾ ਕਰ ਰਹੇ ਚਿੱਤਰਕਾਰ ਜਾਂ ਲੱਕੜ ਉੱਤੇ ਸੱਟ ਮਾਰ ਰਹੇ ਸੰਗ ਤਰਾਸ਼ ਨਾਲ ਗੱਲਾਂ ਕਰਦੀਆਂ ਨੇ, ਆਪਣਾ ਨਜ਼ਰੀਆ ਵੀ ਬਿਆਨ ਕਰਦੀਆਂ ਨੇ ਕਿ ਮੈਨੂੰ ਅਜਿਹੇ ਢੰਗ ਤਰੀਕੇ ਨਾਲ ਉਕੇਰਿਆ ਜਾਵੇ। ਆਪਣੀ ਕਲਾ ਨਾਲ ਰੂਬਰੂ ਹੁੰਦੇ 18 ਅਜਿਹੇ ਕਲਾਕਾਰਾਂ ਦਾ ਇਹ ਖੂਬਸੂਰਤ ਨਜ਼ਾਰਾ ਵੇਖਣ ਨੂੰ ਮਿਲਿਆ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿਹੜੇ ਵਿੱਚ, ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵੱਲੋਂ ਲਾਈ ਗਈ ਇੱਕ ਵਰਕਸ਼ਾਪ ਦੇ ਜ਼ਰੀਏ ਜੋ ਆਪਣੇ ਆਪ ਵਿੱਚ ਇੱਕ ਅਨੋਖਾ ਉਪਰਾਲਾ ਸੀ। 18-18 ਦਾ ਜਿਹੜਾ ਇਹ ਆਰਟ ਕੈਂਪ ਕੀਤਾ ਗਿਆ ਹੈ, ਜਿਸ ਵਿੱਚ ਬਾਹਰ ਦੇ ਵੀ ਕਾਫੀ ਆਰਟਿਸਟ ਹੈ, ਦਿੱਲੀ ਤੋਂ ਵੀ ਹੈ, ਈਵਨ ਕਿ ਦੁਬਈ ਤੋਂ ਵੀ ਇੱਕ ਆਰਟਿਸਟ ਹੈਗੇ ਆ ਸਾਡੇ, ਜਿਹੜੇ ਇੰਟਰਨੈਸ਼ਨਲੀ ਆਰਟਿਸਟ ਹੈ। ਇਸ 'ਚ 4 ਨੈਸ਼ਨਲ ਬੋਡੀ ਆਰਟਿਸਟ ਹੈ। ਮੈਂ ਬਹੁਤ ਜਗ੍ਹਾ ਗਿਆ ਵਾਂ, ਲੇਕਿਨ ਉੱਥੇ ਮੈਂ ਦੇਖਿਆ ਕਿ ਲੋਕ ਇੰਟਰੈਕਸ਼ਨ ਕਰਨ ਦੇ ਜਾਂ ਉਹਦੇ ਉਹਨਾਂ ਦੀ ਝਿਜਕ ਹੈਗੀ ਸੀ, ਚੇਂ ਪੈ ਗਈ ਸੀ ਕਿ ਵੀ ਹਾਂ ਵੀ ਆਰਟਿਸਟ ਨੂੰ ਗੱਲ ਕਰੀਏ, ਪੁੱਛੀਏ ਨਾ ਪੁੱਛੀਏ। ਲੇਕਿਨ ਇੱਥੇ ਦੇ ਲੋਕ ਮੈਨੂੰ ਇੰਨਾ ਅੱਛਾ ਲੱਗਿਆ ਕਿ ਜੋ ਵੀ ਆ ਰਿਹਾ ਉਹ ਆਪਣੀ ਉਹਦੇ ਕੋਲ ਆਪਣਾ ਇੱਕ ਸਵਾਲ ਹੈਗਾ ਵੇ। ਮੇਰੇ ਲਈ ਬਹੁਤ ਅੱਛੀ ਓਪਰਚੁਨਿਟੀ ਹੈ, ਕਿਉਂਕਿ ਦਿਸ ਇਜ਼ ਦਾ ਫਸਟ ਟਾਈਮ ਜਬ ਮੈਂ ਇਤਨੇ ਬਿਗਰ ਪਲੈਟਫਾਰਮ ਪੇ ਆਕਰ ਇਤਨੇ ਸੀਨੀਅਰ ਆਰਟਿਸਟ ਕੇ ਸਾਥ ਕੈਂਪ ਕਰਨੇ ਕਾ ਮੁਝੇ ਮੌਕਾ ਮਿਲਾ ਹੈ। ਅਜਿਹਾ ਉਪਰਾਲਾ ਸੈਕਟਰ 17 ਵਿਖੇ ਬੀਤੇ ਸਾਲ ਵੀ ਕੀਤਾ ਗਿਆ ਸੀ, ਜਿਸ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਹੁਣ ਇਹ ਟੈਗੋਰ ਥੀਏਟਰ ਵਿਖੇ ਹੋਇਆ। ਅਤੇ ਇਸ ਦੇ ਜ਼ਰੀਏ ਕਲਾ ਪ੍ਰੇਮੀਆਂ ਨੇ ਨਾ ਸਿਰਫ ਕਲਾ ਨੂੰ ਪੂਰਨ ਹੁੰਦੇ ਵੇਖਿਆ, ਬਲਕਿ ਉਸ ਬਾਰੇ ਹੋਰ ਬਾਰੀਕੀ ਨਾਲ ਵੀ ਜਾਣਿਆ। ਜਗਲਰਸ ਬਣਾਏ ਹੈ, ਜਗਲਰ ਜੋ ਜਗਲਿੰਗ ਕਰਤਾ ਹੈ ਆਪਣੇ ਬਾਲਸ ਕੋ ਜਾਂ ਡਿਫਰੈਂਟ ਆਈਟਮਸ ਕੋ। ਵੈਸੇ ਹੀ ਹਮ ਲਾਈਫ ਮੈਂ ਆਪਣੀ ਰੂਟੀਨ ਲਾਈਫ ਮੈਂ ਬਹੁਤ ਸਾਰੇ ਕਾਮ ਇੱਕ ਸਾਥ ਕਰ ਰਹੇ ਹੋਤੇ ਹੈ, ਫੈਮਲੀ ਹੈ, ਫਰੈਂਡਸ ਹੈ, ਸੋਸਾਇਟੀ ਹੈ, ਉਸਕੇ ਇਲਾਵਾ ਜੋਬ ਹੈ। ਤੋ ਹਮਾਰੀ ਜ਼ਿੰਮੇਦਾਰੀਆਂ ਔਰ ਉਸਕੇ ਬੀਚ ਮੈਂ ਹਮ ਜਗਲਿੰਗ ਹੀ ਕਰ ਰਹੇ ਹੋਤੇ ਹੈ। ਯਹਾਂ ਪਰ ਜੋ ਕੁਛ ਵੀ ਮੈਨੇ ਐਕਸਪੀਰੀਅੰਸ ਕੀਆ ਹੈ ਚੰਡੀਗੜ੍ਹ ਮੈਂ ਆਨੇ ਕੇ ਬਾਅਦ, ਉਸਕਾ ਇੱਕ ਨਿਚੋੜ ਹੈ ਇਹ ਮਾਨ ਕੇ ਚਲੇ, ਜੋ ਮੈਂ ਕੋਸ਼ਿਸ਼ ਕਰ ਰਹਾ ਹੂੰ ਕਿ ਮੈਂ ਕੈਨਵਸ ਪਰ ਉਕੇਰੂੰ। ਸਿਰਫ ਇਹ ਹੀ ਨਹੀਂ, ਦੂਜੇ ਕਲਾਕਾਰਾਂ ਦੇ ਕੰਮ ਨੂੰ ਵੇਖਣਾ, ਉਸ ਤੋਂ ਪ੍ਰੇਰਣਾ ਲੈਣਾ, ਇੱਕ ਦੂਜੇ ਨੂੰ ਹੱਲਾ ਸ਼ੇਰੀ ਦੇਣਾ, ਅਜਿਹੀ ਕੋਸ਼ਿਸ਼ਾਂ ਵੀ ਇਸ ਵਰਕਸ਼ਾਪ ਦੌਰਾਨ ਨਜ਼ਰ ਆਈਆਂ। ਯਹਾਂ ਵਰਕਸ਼ਾਪ ਮੈਂ ਜੋ ਬੁਲਾਇਆ ਹੈ, ਇਸਸੇ ਬਹੁਤ ਹੀ ਇੱਕ ਪੋਜ਼ਿਟਿਵ ਐਨਰਜੀ ਮਿਲੀ ਹੈ, ਬਹੁਤ ਐਕਸਪੋਜ਼ਰ ਮਿਲਾ ਹੈ ਹਮਾਰੇ ਕੋ ਯਹਾਂ ਪੇ ਇਤਨੇ ਡਿਫਰੈਂਟ ਆਰਟਿਸਟ ਸੇ ਮਿਲਨੇ ਕਾ, ਉਨਸੇ ਬਾਤ ਕਰਨੇ ਕਾ, ਉਨਕੇ ਬਾਰੇ ਮੈਂ ਜਾਣਨੇ ਕਾ। ਵਰਕਸ਼ਾਪ ਦਾ ਮੇਨ ਕਨਸੈਪਟ ਇਹ ਹੁੰਦਾ ਕਿ ਅਸੀਂ ਇੰਟਰੈਕਸ਼ਨ ਸਾਡੀ ਆਪਸ 'ਚ ਆਰਟਿਸਟਾਂ ਦੀ ਹੋਵੇ। ਇੱਥੇ ਥੋੜ੍ਹਾ ਜ਼ਿਆਦਾ ਮੌਕਾ ਮਿਲ ਰਿਹਾ ਕਿਉਂਕਿ ਇੱਥੇ ਵਿਜ਼ੂਅਲ ਆਰਟਿਸਟ ਅਸੀਂ ਹੈਗੇ ਹਾਂ, ਪਰਫੋਰਮਿੰਗ ਆਰਟ ਵਾਲੇ ਲੋਕ ਵੀ ਆਉਂਦੇ ਆ ਥੀਏਟਰ ਵਾਸਤੇ। ਅਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਤਾਂ ਜੋ ਕਲਾ ਦੀ ਖੂਬਸੂਰਤੀ ਕਲਾ ਪ੍ਰੇਮੀਆਂ ਨਾਲ ਹੋਰ ਗੂੜਾ ਰਿਸ਼ਤਾ ਕਾਇਮ ਕਰ ਸਕੇ।